ਹੈਲੋ, ਮੇਰਾ ਨਾਂ ਚੌਧਰੀ ਰਜਿੰਦਰ ਨੇਚਰ ਹੈਗਾ ਅਤੇ ਮੈਂ ਪੰਡੋਰੀ ਨੇਚਰਾਂ ਦਾ ਜੱਟ ਹੈਗਾ। ਚੌਧਰੀ ਜਿਹੜਾ ਹੈਗਾ ਜੱਟਾਂ ਅਤੇ ਗੁੱਜਰਾਂ ਦਾ ਕਟਸੀ ਟਾਈਟਲ ਜਾਂ ਤਖੱਲਸ ਹੈਗਾ। ਹੋਰ ਜਿੱਦਾਂ ਖੱਤਰੀ ਹੈਗੇ ਉਹਨਾਂ ਦਾ ਲਾਲਾ ਹੈਗਾ, ਆਪਣੇ ਸਤਿਗੁਰੂ ਨਾਨਕ ਦੇਵ ਜੀ ਲਾਲੇ ਸਨ ਸਾਰੇ, ਜਿਹੜੇ 6 ਸਤਿਗੁਰੂ ਅਤੇ 4 ਸੱਚੇ ਪਾਤਸ਼ਾਹ ਹੋਏ ਨੇ, ਸਾਰੇ ਖੱਤਰੀ ਸਨ ਲਾਲੇ। ਅਤੇ ਕਿਉਂ ਇਹ ਉਹਨਾਂ ਦੇ ਘਰ ਆਏ ਸੀ ਜਿਹੜੇ ਬਿਮਾਰ ਸਨ, ਅਤੇ ਕਲਯੁੱਗ ਵਿੱਚ ਜਿਹੜੇ ਇਹ ਹੈਗੇ ਨੇ, ਉਹਦਾ ਪੁੱਤਰ ਆਉਂਦਾ ਹੈਗਾ ਅਤੇ ਬਾਪ ਆਪ ਖੁਦ ਆਉਂਦਾ ਹੈਗਾ। ਬਾਕੀ ਦੇ ਯੁੱਗਾਂ 'ਚ ਉਹ ਪ੍ਰੋਫਿਟ ਕਰਦੇ ਨੇ, ਪ੍ਰੋਫਿਟ ਅਵਤਾਰ। ਅਵਤਾਰ ਜਿਹੜਾ ਹੈਗਾ ਉਹ ਉਹਨਾਂ ਨੂੰ ਜਿਹੜੇ ਬਾਹਮਣ ਹੁੰਦੇ ਉਹਨਾਂ ਨੂੰ ਜਿੱਦਾਂ ਵਿਪ ਮਾਸਟਰ ਹੁੰਦੇ ਨੇ, ਯਾਨੀ ਉਹਨਾਂ ਦੱਸਦੇ ਵੀ ਅੱਜ ਤੱਕ ਗਲਤੀਆਂ ਕਰਦੇ ਆ, ਇੱਦਾਂ ਕਰੋ ਇੱਦਾਂ ਕਰੋ। ਅਤੇ ਰਾਮਚੰਦਰ ਜੀ ਤ੍ਰੇਤੇ ਦੇ ਅਵਤਾਰ ਸਨ, ਅਤੇ ਉਹ ਸੀਗਾ ਵਿਸ਼ਨੂੰ ਦੇ ਅਵਤਾਰ। ਕ੍ਰਿਸ਼ਨ ਸੀਗਾ ਦੁਆਪਰ ਦਾ, ਅਤੇ ਉਹ ਸੀਗਾ ਸ਼ਿਵ ਦਾ ਅਵਤਾਰ, ਯਾਨੀ ਕਿ ਨੀਤੀ ਪੁਰਸ਼ੋਤਮ ਅਵਤਾਰ। ਰਾਮਚੰਦਰ ਜੀ ਸੀਗੇ ਮਰਿਆਦਾ ਪੁਰਸ਼ੋਤਮ ਅਵਤਾਰ। ਅਤੇ ਇਹ ਜਿਹੜੇ ਬ੍ਰਾਹਮਣ ਹੈਗੇ ਇਹਨਾਂ ਨੂੰ ਇਹ ਨਹੀਂ ਪਤਾ ਵੀ ਕ੍ਰਿਸ਼ਨ ਜਿਹੜਾ ਸੀ ਕਾਹਦਾ ਸੀਗਾ ਅਵਤਾਰ, ਸਾਰੇ ਵਿਸ਼ਨੂੰ ਦਾ ਕਹੀ ਜਾਂਦੇ ਨੇ। ਅਤੇ ਇਸ ਕਰਕੇ ਜਿਹੜਾ ਆਪ ਸੋਚਦਾ ਪੈਂਦਾ ਤਦ ਫਿਰ ਪਤਾ ਲੱਗਦਾ। ਅਤੇ ਇਹਦੇ ਬਾਰੇ ਵੀਡੀਓ ਬਹੁਤ ਪਾਏ ਹੋਏ ਮੈਂ। ਅੱਛਾ, ਇਹ ਹੈਗਾ ਹੁਣ ਹੈਗਾ ਕਲਯੁੱਗ ਹੈਗਾ ਆ ਸਮਾਂ, ਜਿਹੜਾ ਕਲਯੁੱਗ ਹੈਗਾ ਕਲ ਮੈਨਾ ਹੁੰਦਾ ਕਾਲ, ਸੱਚ ਕਾਲ ਕੂੜ ਵਰਤਿਆ ਕਲ ਕਾ ਲਖ ਬੇਤਾਲ। ਕਲ ਸੱਚ ਕਾਲ ਹੁੰਦਾ ਵੀ ਸੱਚ ਦਾ ਕਾਲ ਹੈਗਾ। ਹੁਣ ਦੁਆਪਰ ਵਿੱਚ ਸੱਚ ਲੋਕ ਬੋਲਦੇ ਸੀਗੇ, ਅਤੇ ਕਲਯੁੱਗ ਵਿੱਚ ਇਹ ਵੀ ਚਲੇ ਜਾਂਦਾ। ਚਾਰ ਲੱਤਾਂ ਨਾ ਧਰਮ ਦੀਆਂ ਹੈਗਾ, ਪਹਿਲੀ ਗਈ ਸ਼ਰਮ, ਸੱਚ, ਸੰਤੋਖ ਅਤੇ ਦਇਆ। ਦਇਆ ਚਲੀ ਗਈ ਜਦੋਂ ਤਾਂ ਫਿਰ ਤ੍ਰੇਤਾ ਸ਼ੁਰੂ ਹੋ ਗਿਆ, ਜਦੋਂ ਸੰਤੋਖ ਜਾਂਦਾ ਰਿਹਾ ਫਿਰ ਦੁਆਪਰ ਸ਼ੁਰੂ ਹੋ ਗਿਆ, ਅਤੇ ਜਦੋਂ ਸੱਚ ਜਾਂਦਾ ਰਿਹਾ ਉਦੋਂ ਫਿਰ ਕਲਯੁੱਗ ਸ਼ੁਰੂ ਹੋ ਗਿਆ। ਇਹ ਚਾਰ ਯੁੱਗ ਹੈ ਕਿਤੇ ਇਹਨਾਂ ਦੇ ਇੱਦਾਂ ਹੈਗਾ ਵੇਰਵਾ। ਹੁਣ ਕਲਯੁੱਗ ਹੈਗਾ ਇਹਦੇ 'ਚ ਲੋਕ ਸੱਚ ਨਹੀਂ ਬੋਲਦੇ, ਕੂੜ ਬੋਲਦੇ ਨੇ, ਮਿੱਠਾ ਮਿੱਠਾ ਕੂੜ, ਮਾਖਿਓ ਮਿੱਠਾ। ਅਤੇ ਪਹਿਲਾ ਸਤਿਗੁਰੂ ਕਲਯੁੱਗ ਦਾ ਸੀਗਾ ਜੀਜ਼ਸ, ਦੂਜਾ ਨਾਨਕ ਸੀਗਾ ਸਾਰਿਆਂ ਨਾਲੋਂ ਵੱਡਾ। ਜੀਜ਼ਸ ਕਹਿੰਦਾ ਵੀ ਲਾਅ ਐਂਡ ਪ੍ਰੋਫਿਟਸ ਵਰ ਟਿਲ ਜੌਨ ਦੀ ਬਾਪਟਿਸਟ, ਲੂਕ 16:16। ਯਾਨੀ ਕਿ ਲਾਅ ਜਿਹੜਾ ਨਾ ਵੀ ਆਹ ਤੂੰ ਗੁਨਾਹ ਕੀਤਾ ਪਾਪ ਕੀਤਾ ਇਹ ਸਭ ਖਤਮ ਹੈਗੇ ਨੇ। ਹੁਣ ਹੈਗਾ ਕਲਯੁੱਗ ਹੈਗਾ ਇਹਦੇ 'ਚ ਦਿਲ ਦੀ ਸਫਾਈ ਹੈਗੀ, ਤੁਹਾਡਾ ਦਿਲ ਕੀ ਕਹਿੰਦਾ ਹੈਗਾ। ਜੇ ਦਿਲ ਸਾਫ਼ ਹੈਗਾ ਤਾਂ ਤੁਹਾਡੀ ਨੀਅਤ ਸਾਫ਼ ਹੈਗੀ, ਨੀਅਤ ਦਾ ਫਲ ਹੈਗਾ। ਜਿਹੜੇ ਰਾਜ ਕਰਕੇ ਨਾ ਲੋਕ ਆਪਣੇ ਇੱਕ ਦੂਜੇ 'ਤੇ, ਉਹ ਜਿਹਦੀ ਨੀਅਤ ਸਾਫ਼ ਹੁੰਦੀ ਉਹਨੂੰ ਰਾਜ ਮਿਲਦਾ ਹੈਗਾ। ਇਹਦੇ 'ਚ ਇਹ ਨਹੀਂ ਹੁੰਦਾ ਵੀ ਆਹ ਮੁਲਕ ਇਸ ਕੌਮ ਦਾ ਹੈਗਾ, ਜਿੱਦਾਂ ਪੰਜਾਬ ਜੱਟਾਂ ਦਾ ਹੈਗਾ, ਇਹਦਾ ਨਹੀਂ ਹੁੰਦਾ ਕੁਛ ਵੀ। ਜਿਹਦੀ ਨੀਅਤ ਹੈਗੀ ਵੀ ਹਾਂਜੀ ਅਫਗਾਨ ਹੋਵੇ, ਉਹਦੀ ਨੀਅਤ ਚੰਗੀ ਕਿ ਉਹ ਆ ਕੇ ਰਾਜ ਕਰੇਗਾ ਫਿਰ ਲੋਕਾਂ 'ਤੇ। ਅਤੇ ਇਸ ਤਰ੍ਹਾਂ ਹੈਗਾ ਵੀ ਜਿਹਦੀ ਨੀਅਤ ਸਾਫ਼, ਔਰੰਗਜ਼ੇਬ ਜਿਹੜਾ ਸੀਗਾ ਉਹਦੀ ਨੀਅਤ ਵੱਧ ਹੋ ਗਈ ਸੀਗੀ। ਫਿਰ ਇਹ ਯੂਰਪ ਦੇ ਜਿਹੜੇ ਸੀਗੇ ਅੰਗਰੇਜ਼ ਲੋਕ, ਇਹਨਾਂ ਦੀ ਨੀਅਤ ਸਾਫ਼ ਸੀਗੀ, ਇਹਨਾਂ ਨੂੰ ਫਿਰ ਰਾਜ ਮਿਲਿਆ ਸੀਗਾ।
ਤੇ ਇਹਨਾਂ ਦੀ ਵੀ ਜਦੋਂ ਵੱਧ ਹੋ ਗਈ ਤਾਂ ਫਿਰ ਇਹਨਾਂ ਨੂੰ ਵੀ ਹੁਣ ਕਲਯੁੱਗ ਦਾ ਅਖੀਰ ਹੈਗਾ, ਹਰ ਇੱਕ ਨੂੰ ਆਪਣਾ ਆਪਣਾ ਘਰ ਮਿਲ ਗਿਆ ਹੈਗਾ। ਤੇ ਇਹ ਜਿਹੜੇ ਯਹੂਦੀ ਹੈਗੇ ਇਹਨਾਂ ਨੂੰ ਵੀ ਆਪਣਾ ਇਜ਼ਰਾਈਲ ਮਿਲ ਗਿਆ ਹੈਗਾ, ਤੇ ਇਹਨਾਂ ਨੂੰ ਇਕੱਠੇ ਕੀਤਾ ਹੁਣ ਕਿ ਹੁਣ ਜਾਲਣ ਦਾ ਸਮਾਂ ਆ ਗਿਆ ਹੈਗਾ। ਇਹਨਾਂ ਬਾਈਬਲ ਵਿੱਚ ਲਿਖਿਆ ਜਦੋਂ ਕਲਯੁੱਗ ਦਾ ਅਖੀਰ ਆਇਆ ਇਹਨਾਂ ਨੂੰ ਇਕੱਠੇ ਕਰਕੇ ਜਲਾਵਾਂਗਾ, ਅਤੇ ਇਹਨਾਂ ਦੀ ਜੁਲਾਈ ਹੋਣੀ 2023 ਵਿੱਚ ਜਦੋਂ ਇਜ਼ਰਾਈਲ 75 ਸਾਲ ਦਾ ਹੋਇਆ। ਅਤੇ ਸਾਰੀਆਂ ਚੀਜ਼ਾਂ ਤੁਹਾਨੂੰ ਪਤਾ ਲੱਗ ਜਾਏਗਾ ਜੇ ਤੁਸੀਂ ਸੋਚੋਗੇ ਆਪ। ਗਿਆਨੀ ਉਹ ਜੋ ਆਪ ਵਿਚਾਰੇ। ਇੱਥੇ ਮੈਂ ਕਰ ਰਿਹਾ ਤਨਾਸੀ ਮੱਲਾ ਚੌਥਾ, ਸਤਿਗੁਰੂ ਰਾਮਦਾਸ ਜੀ ਦਾ। ਸਤਿਗੁਰੂ ਰਾਮਦਾਸ ਜੀ ਜਿਹੜੇ ਸੀਗੇ ਇਹ ਇਹਨਾਂ ਦਾ ਜਿਹੜਾ ਹੈਗਾ ਫੰਕਸ਼ਨ ਸੀਗੀ, ਜਿਹੜੀ ਇਹਨਾਂ ਦੇ ਜਿਹੜੇ ਸਿੱਖ ਸਨ ਉਹ ਸੀਗੇ ਗੁਰਮੁਖ ਸਿੱਖ, ਯਾਨੀ ਕਿ ਸ਼ੀਲਡ ਟੂ ਸਰਵ ਗੋਡ। ਅਤੇ ਇਹਨਾਂ ਨੇ ਜਿਹੜਾ ਉਪਦੇਸ਼ ਦਿੱਤਾ ਹੈਗਾ ਫਿਰ ਗੁਰਮੁਖਾਂ ਨੂੰ ਦਿੱਤਾ ਹੈਗਾ। ਸਤਿਗੁਰੂ ਅੰਗਦ ਦੇਵ ਜੀ ਨੇ ਬੇਮੁਖਾਂ ਨੂੰ ਦਿੱਤਾ ਸੀ, ਤਾਂ ਉਹਨਾਂ ਨੂੰ ਫਿਰ ਸਨਮੁਖ ਬਣਾਇਆ, ਸੁਰਤੀ ਵਾਲੇ ਕੀਤਾ ਉਹਨਾਂ ਦੀ ਹੋਮੇ ਪੰਨੀ। ਇਹਨਾਂ ਨੇ ਫਿਰ ਸੁਰਤੀ ਵਾਲਿਆਂ ਨੂੰ ਫਿਰ ਉਹ ਇਹਦੇ ਵੱਲ ਗੁਰਮੁਖ ਬਣਾਇਆ। ਅਤੇ ਸਤਿਗੁਰੂ ਰਾਮਦਾਸ ਜੀ ਕੋਲ ਹੁਣ ਆਏ ਹੋਏ ਨੇ, ਇਹਨਾਂ ਨੇ ਗੁਰਮੁਖਾਂ ਨੂੰ ਕਹਿਣਾ ਵੀ ਤੁਸੀਂ ਇੱਥੇ ਜੇ ਪਹੁੰਚਣਾ ਚੌਥੀ ਬਿਰਤੀ 'ਚ ਹੋਮੇ ਮਨ ਬੁੱਧੀ ਦੇ ਚਿੱਤ ਬਿਰਤੀ ਦੇ ਬਣਨਾ, ਤਦ ਫਿਰ ਤੁਹਾਨੂੰ ਸਾਧੂਆਂ ਦੀ ਸੰਗਤ ਕਰਨੀ ਪੈਣੀ, ਯਾਨੀ ਕਿ ਮੋਹ ਤੋੜਨਾ ਪੈਣਾ ਦੁਨੀਆ ਦਾ। ਜਿਹੜੇ ਸਾਧੂ ਹੁੰਦੇ ਨੇ ਉਹ ਰਿਸ਼ਤਾ ਰੁਸ਼ਤਾ ਸਭ ਛੋੜ ਜਾਂਦੇ, ਦੁਨੀਆ ਦਾ ਮੋਹ ਛੋੜ ਜਾਂਦੇ ਨੇ, ਯਾਨੀ ਕਿ ਉਹ ਪਿਓਰਲੀ ਸਪਿਰਚੁਅਲ ਹੁੰਦੇ ਨੇ। ਮੀਰਾ ਬਾਈ ਸੀਗੀ ਉਹ ਪਿਓਰਲੀ ਸਪਿਰਚੁਅਲ ਸੀ, ਉਹਨੇ ਸ਼ਾਦੀ ਨਹੀਂ ਕੀ, ਕੋਈ ਬੱਚਾ ਬੁੱਚਾ ਨਹੀਂ ਹੋਇਆ, ਉਹ ਗ੍ਰਿਸ਼ਤੇ 'ਚ ਨਹੀਂ ਪਈ, ਉਹ ਬਸ ਰਾਮ ਦੇ ਨਾਲ ਉਹਦਾ ਸੀਗਾ, ਰਾਮ ਸੁਨੇਹੀ। ਅਤੇ ਇਸ ਕਰਕੇ ਹੁਣ ਕਲਯੁੱਗ ਦਾ ਜਿਹੜਾ ਸਮਾਂ ਹੈਗਾ ਇਹ ਹੈਗਾ ਨੀਅਤ ਦਾ, ਅਤੇ ਇਹਦੇ 'ਚ ਤੁਹਾਨੂੰ ਫਿਰ ਸਤਿਗੁਰੂ ਮਤ ਵੇਲਾ ਚੱਲਣਾ ਪੈਂਦਾ। ਪਵਨ ਆਰੰਭ, ਪਵਨ ਮੈਂ ਨਾ ਵੀ ਜਿਹੜਾ ਬੋਲਣ ਨਾਲ ਸੁਣੋ ਇੱਕ ਦੂਜੇ ਤੋਂ, ਪਵਨ ਆਰੰਭ ਸਤਿਗੁਰ ਮਤ ਵੇਲਾ ਸ਼ਬਦ ਗੁਰੂ ਸੁਰਤ ਧੁਨ ਚੇਲਾ। ਸੁਰਤ ਹੋਵੇਗੀ ਤਦ ਤੁਹਾਨੂੰ ਇਹ ਸਮਝ ਪਵੇਗੀ ਚੀਜ਼, ਨਹੀਂ ਸੁਰਤ ਹੈਗੀ ਤਾਂ ਫਿਰ ਤੁਸੀਂ ਪੜ੍ਹੀ ਜਾਓ, ਖੰਡ ਪਾਠ ਪਖੰਡ ਪਾਠ ਕਰਾਈ ਜਾਓ, ਕੁਛ ਵੀ ਨਹੀਂ ਫਰਕ ਪੈਂਦਾ। ਸੁਰਤੀ ਜਿਹੜੀ ਹੈਗੀ ਅਕਾਲ ਪੁਰਖ ਦੀ ਮਿਹਰ ਨਾਲ ਮਿਲਦੀ ਹੈਗੀ। ਇੱਥੇ ਹੁਣ ਮੈਂ ਕਰ ਰਿਹਾ ਜਿਹੜੇ ਗੁਰਮੁਖਾਂ ਨੂੰ ਉਪਦੇਸ਼ ਦੇ ਰਹੇ ਨੇ ਸਤਿਗੁਰੂ ਰਾਮਦਾਸ ਜੀ। ਕਲਯੁੱਗ ਦਾ ਧਰਮ, ਕਲਯੁੱਗ ਦੇ 'ਚ ਜਿਹੜਾ ਲੋਕਾਂ ਦਾ ਧਰਮ ਹੈਗਾ, ਧਰਮ ਦਾ ਹੁੰਦਾ ਵੀ ਤੁਹਾਡੀ ਡਿਊਟੀ ਟੁਵਰਡਸ ਗੋਡ, ਤੁਹਾਡਾ ਕੀ ਹੈਗਾ ਕੰਮ ਕਰਨਾ ਕਿ ਜਿਹੜਾ ਗੋਡ ਜਿਹੜਾ ਹੈਗਾ ਜਾਂ ਪਰਮਾਤਮਾ ਖੁਸ਼ ਹੋ ਜਾਏ ਤੁਹਾਡੇ ਨਾਲ, ਜਾਂ ਉਹਦੇ ਲਈ ਤੁਸੀਂ ਕੀ ਕਰੋਗੇ। ਅਤੇ ਇਹ ਇਹ ਜਿਹੜਾ ਹੈਗਾ ਇਹ ਕੀਰਤਨ ਦਾ ਹੈਗਾ ਨਾ, ਗੋਸਪਲ ਦਾ ਸਮਾਂ ਹੈਗਾ, ਅਤੇ ਕਰਮਖੰਡ ਨਹੀਂ ਹੈਗਾ, ਇਹ ਇੱਥੇ ਵਰਕਸ ਨਹੀਂ ਚੱਲਦੇ, ਇੱਥੇ ਹੈਗਾ ਬਾਈ ਗ੍ਰੇਸ। ਨਦਰ ਕਰੇ ਤਾਂ ਤਦ ਤੁਹਾਨੂੰ ਇਹ ਮਿਲਦਾ ਚੀਜ਼ ਮਿਲਦੀ ਹੈਗੀ। ਕਲਯੁੱਗ ਦਾ ਧਰਮ ਕਹੋ ਤੁਮ ਭਾਈ, ਵੀ ਤੁਸੀਂ ਦੱਸੋ ਕੀ ਹੈਗਾ। ਕਿਵ ਛੁੱਟੇ ਹਮ ਛੁਟਕਾਰੀ, ਛੁਟਕਾਕੀ ਅਸੀਂ ਵੇ ਕਿਵੇਂ ਛੁੱਟੀਏ ਇਸ ਤੋਂ, ਕਲਯੁੱਗ ਤੋਂ, ਅਤੇ ਇਹਦੇ ਤੋਂ ਅਸੀਂ ਫਿਰ ਨਜਾਤ ਪਾ ਜਾਈਏ, ਯਾਨੀ ਕਿ ਅਸੀਂ ਮੁਕਤੀ ਪਾ ਜਾਈਏ ਇੱਥੋਂ।
ਇੱਥੇ ਹੈਗਾ ਦੇ ਵਿੱਚ ਹਰਫ ਛੁਟਕਾਕੀ ਹੈਗਾ ਬਚਨ ਦੇ ਚਾਹਵਾਨ, ਬਚਨ ਬਚਨ ਦੇ ਚਾਹਵਾਨ ਜਿਹੜੇ ਹੈਗੇ ਨੇ। ਅੱਛਾ, ਹਰ ਹਰ ਜਪ ਬੇੜੀ, ਹਰ ਹਰ ਜਪ, ਹਰ ਹਰ ਦਾ ਨਾਂ ਜਪੋ, ਇਹ ਹੈਗੀ ਤੁਹਾਡੀ ਬੇੜੀ। ਤੁਲਹਾ ਹਰ ਜਪਿਓ ਤਰੇ ਤੈਰਾਕੀ, ਜਿਹੜਾ ਹੈਗਾ ਨਾ ਹਰ ਦਾ ਨਾਂ ਜਪਣਾ ਹੈਗਾ, ਜਿੱਦਾਂ ਆਪਾਂ ਨਦੀ ਨੂੰ ਪਾਰ ਕਰਨਾ ਤਾਂ ਵੱਡਾ ਸਾਰਾ ਬਾਂਸ ਹੁੰਦਾ ਬੇੜੀ 'ਚ ਬੈਠਾ, ਉਹ ਫਿਰ ਮਾਰਦਾ, ਬੇੜੀ ਮੋਹਰੇ ਚੱਲਦੀ ਹੈਗੀ। ਅਤੇ ਉਹ ਜਿਹੜੀ ਹੈਗਾ ਕਹਿੰਦੇ ਵੀ ਜੇ ਤੁਸੀਂ ਉਹ ਪਾਰ ਕਰਨਾ ਤੈਰਾਕੀ, ਤਰ ਕੇ ਤਰਨਾ ਹੈਗਾ ਤੁਸੀਂ ਕਲਯੁੱਗ ਦਾ ਸਮੁੰਦਰ, ਤਾਂ ਤੁਹਾਡਾ ਹਰ ਹਰ ਨਾਮ ਜਪੋਗੇ ਤਾਂ ਤਦੇ ਤੁਹਾਡਾ ਫਿਰ ਬਣੇਗਾ। ਤੁਲਹਾ ਜਿਹੜਾ ਹੈਗਾ ਉਹ ਹਰ ਦਾ, ਹਰ ਜਪਿਓ, ਹਰ ਤੁਲਹਾ ਜਪ ਬੇੜੀ, ਬੇੜੀ ਜਿਹੜੀ ਹੈਗੀ ਇਹ ਹੈਗੀ ਜਪਣ, ਆਹ ਬੇੜੀ ਹੈਗੀ ਨਾ, ਇਹ ਬੇੜੀ ਹੈਗੀ, ਅਤੇ ਨੌ ਜਪਣਾ ਇਹ ਹੈਗਾ ਤੁਲਹਾ, ਅਤੇ ਆਪ ਜਪੋ ਹੋਰਾਂ ਨੂੰ ਜਪਾਓ, ਇਹ ਤੁਲਹਾ ਹੈਗਾ। ਹਰ ਜੀ ਲਾਜ ਰੱਖੋ ਹਰ ਜਨ ਕੀ, ਹਰ ਜੀ ਹੈਗਾ ਇੱਕ ਹੈਗਾ ਹਰੀ ਓਮ ਸ਼ਾਂਤੀ, ਆਹ ਹੈਗਾ ਨਾ ਬਣਿਆ ਇੱਥੋਂ, ਹੈਗਾ ਹਰੀ ਓਮ ਸ਼ਾਂਤੀ ਤੋਂ ਹਰ ਇੱਕ ਓਮਕਾਰ ਬਣਿਆ ਹੈਗਾ। ਇਹ ਹਰ ਇੱਕ ਓਮਕਾਰ ਇਹਨੂੰ ਕਹਿਣਾਗੇ, ਜੇ ਤੁਸੀਂ ਹਰ ਇੱਕ ਓਮਕਾਰ ਨਹੀਂ ਕਹੋਗੇ ਤੁਹਾਨੂੰ ਪਤਾ ਨਹੀਂ ਲੱਗੇਗਾ ਹਰੀ ਅਤੇ ਹਾਰੇ 'ਚ ਕੀ ਫਰਕ ਹੈਗਾ। ਹਰੀ ਓਮ ਸ਼ਾਂਤੀ ਆ ਹਿੰਦੂਆਂ ਦੀ, ਹਰ ਇੱਕ ਓਮਕਾਰ ਸਿੱਖਾਂ ਦਾ। ਇਹ ਭਾਈ ਹੈਗਾ ਸਾਹਿਬ ਸਿੰਘ ਦਾ ਟੀਕਾ ਹੈਗਾ ਨਾ ਜਿਹੜਾ, ਇਹਨੂੰ ਪਤਾ ਨਹੀਂ ਹੈਗਾ ਹਰ ਅਤੇ ਹਰੀ ਦਾ ਕੀ ਫਰਕ ਹੈਗਾ, ਦੋਨਾਂ ਨੂੰ ਮਿਕਸ ਕਰੀ ਜਾਂਦਾ ਹੈਗਾ, ਹਰੀ ਕਹੀ ਜਾਂਦਾ ਹਰ ਨੂੰ, ਇਹਨੂੰ ਇਹ ਵੀ ਨਹੀਂ ਪਤਾ ਬਾਕੀ ਦਾ ਕੀ ਪਤਾ ਹੋ ਰਿਹਾ। ਇਸ ਕਰਕੇ ਨਾਮ ਉਹਨੂੰ ਮਿਲਦਾ ਹੈਗਾ ਜਿਹਦੇ ਦਿਲ 'ਚ ਯਾਨੀ ਕਿ ਲਾਲਚ ਨਾ ਹੋਵੇ। ਇਹ ਖੱਤਰੀ ਵਗੈਰਾ ਨੇ ਜਿਹੜੇ ਸਭ ਸੋਚਦੇ ਨੇ ਵੀ ਸਾਡੀ ਉਪਮਾ ਹੋਵੇ, ਸਾਡੀ ਹੋਵੇ, ਇਹ ਅਕਾਲ ਪੁਰਖ ਦੇ ਨਹੀਂ ਉਪਮਾ ਜਾਣਦੇ। ਉਹਦੀ ਕਰੋਗੇ ਤਾਂ ਤੁਹਾਡੀ ਬਣੂਗੀ, ਉਹਦੀ ਕਰੋਗੇ ਤਾਂ ਤੁਹਾਨੂੰ ਨਾਮ ਮਿਲੇਗਾ, ਨਾਮ ਨਾਲ ਤੁਹਾਡੀ ਉਪਮਾ ਹੋਊਗੀ। ਅੱਛਾ, ਹਰ ਹਰ ਜਪ ਬੇੜੀ ਹਰ ਤੁਲਹਾ, ਹਰ ਜਪਿਓ ਤੇਰੇ ਤਰੇ ਤੈਰਾਕੀ, ਹਰ ਜੀ ਲਾਜ ਰੱਖੋ ਹਰ ਜਨ ਕੀ, ਹਰ ਜੀ ਅਕਾਲ ਪੁਰਖ ਹਰ, ਇਹ ਹਰਿਮੰਦਰ ਹੈਗਾ ਨਾ, ਹਰਿਮੰਦਰ ਵਿੱਚ ਹਰ ਅੰਦਰ ਬੈਠਾ ਹੈਗਾ, ਇਮੈਨੂਅਲ ਕਹੀਦਾ ਇਹਨੂੰ, ਗੋਡ ਇਜ਼ ਵਿਦ ਅਸ। ਅਤੇ ਹਰ ਜਨ ਜਿਹੜੇ ਹੈਗੇ ਨੇ ਇਹ ਹੈਗੇ ਨੇ ਹਰ ਦੇ ਜਨ, ਹਰ ਦੇ ਪੁੱਤਰ, ਅਕਾਲ ਪੁਰਖ ਦੇ ਪੁੱਤਰ, ਸੰਸ ਆਫ ਦੀ ਮੋਸਟ ਹਾਈ, ਹਰ ਜਨ, ਹਰ ਜਨ ਹੁੰਦਾ ਪੁੱਤਰ। ਜਿਹੜੇ ਹਰੀਜਨ ਹੈਗੇ ਨੇ ਇਹ ਹੈਗੇ ਨੇ ਜਿਹੜੇ ਕਿ ਮੰਦਰਾਂ 'ਚ ਦਾਸੀਆਂ ਜਿਹੜੀਆਂ ਪੈਦਾ ਹੁੰਦੀਆਂ, ਜਿਹੜੀਆਂ ਦਾਸੀਆਂ ਦੇ ਹੁੰਦੇ ਨੇ ਮੁੰਡੇ ਪੈਦਾ, ਉਹਨਾਂ ਨੂੰ ਪਤਾ ਨਹੀਂ ਹੁੰਦਾ ਕਿਹਦੇ ਕਿਸ ਦੀ ਔਲਾਦ ਹੈਗੇ ਉਹ, ਕਿ ਉਹ ਦਾਸੀਆਂ ਘੁੰਮਦੀਆਂ ਨਾ ਸਾਰੇ, ਉਹ ਆਪਣੇ ਸਰਵ ਕਰਦੀਆਂ ਨਾ, ਅਤੇ ਉਹ ਫਿਰ ਪਤਾ ਨਹੀਂ ਹੁੰਦਾ ਵੀ ਇਹ ਕਿਹਦੀ ਔਲਾਦ ਹੈਗੇ ਨੇ, ਉਹਨਾਂ ਨੂੰ ਹਰੀਜਨ ਕਹੀਦਾ ਹੈਗਾ। ਉਹ ਫਿਰ ਉਹਨਾਂ ਦਾ ਕੰਮ ਹੈਗਾ ਪੂਜਾ ਕਰਨੀ, ਵਿਆਹ ਨਹੀਂ ਕਰਨ ਦਿੰਦੇ ਅਤੇ ਨਾ ਉਹਨਾਂ ਨੂੰ ਪ੍ਰੋਪਰਟੀ ਦੂਜੀ ਲੈਣ ਦਿੰਦੇ ਨੇ, ਕੋਈ ਸੈਕੂਲਰ ਪ੍ਰੋਪਰਟੀ ਉਹਨਾਂ ਦਾ ਹੱਕ ਨਹੀਂ ਹੈਗਾ।
ਇਸ ਲਈ ਸੀਗਾ ਨਾ ਭਗਤ ਬਿੱਦਰ, ਉਹ ਇੱਦਾਂ ਦਾ ਭਗਤ ਸੀਗਾ, ਉਹ ਆਪਣੀ ਜ਼ਿੰਦਗੀ ਉਹਨੇ ਨਾਮ ਵਿੱਚ ਲਾਈ ਸੀਗੀ, ਤੋ ਇੱਕ ਵੱਡਾ ਭਗਤ ਬਣ ਗਿਆ ਸੀਗਾ। ਇਹਨੂੰ ਬਾਈਬਲ ਵਿੱਚ ਮਸਟਰਡ ਸੀਡ ਕਹਿੰਦੇ ਨੇ, ਹਰੀਜਨ ਨੂੰ। ਹਰਜਨ ਨਹੀਂ ਆਪਾਂ, ਆਪਾਂ ਹਰਜਨ ਹੈਗੇ ਹਾਂ, ਅਕਾਲ ਪੁਰਖ ਦੇ ਪੁੱਤਰ। ਹਰੀਜਨ ਨਹੀਂ, ਮੈਂ ਜੱਟ ਦਾ ਪੁੱਤਰ ਹੈਗਾ। ਜਿਹੜੇ ਚੂੜੇ ਚਬਾਰਾ ਨੂੰ ਇਹ ਹਰੀਜਨ ਬਣਾਈ ਬੈਠੇ, ਉਹਨਾਂ ਨੂੰ ਉਹਨਾਂ ਦੇ ਪਿਓ ਹੁੰਦਿਆਂ ਸੁਣਦਿਆਂ ਉਹ ਕਹਿੰਦੇ ਤੁਸੀਂ ਹਰਾਮੀ ਬਣ ਜਾਓ, ਕੰਜਰੀਆਂ ਦੇ ਜਿਹੜਾ ਦਾਸੀਆਂ ਦੇ ਪੇਟ 'ਚ ਪੈਦਾ ਹੁੰਦੇ ਉਹ ਬਣ ਜਾਓ ਤੁਸੀਂ। ਉਹਨਾਂ ਨੂੰ ਤਾਂ ਪਤਾ ਵੀ ਸਾਡਾ ਪੇ ਹੈਗਾ ਫਲਾਨਾ ਹੈਗਾ, ਚਮਾਰ ਹੈਗਾ, ਚੂੜਾ ਹੈਗਾ, ਜੋ ਵੀ ਹੈਗਾ, ਇਹਦੇ 'ਚ ਕੋਈ ਵੱਡੀ ਉੱਚੀ ਨਹੀਂ ਹੁੰਦੀ, ਚੀਜ਼ ਨਹੀਂ ਹੁੰਦੀ ਹੈਗੀ। ਅਕਾਲ ਪੁਰਖ ਨੇ ਤੁਹਾਨੂੰ ਜਨਮ ਦਿੱਤਾ, ਜਿੱਥੇ ਜਨਮ ਦਿੱਤਾ ਉਹ ਕਬੂਲ ਕਰੋ। ਜੇ ਇਹ ਨਹੀਂ ਪਹਿਲੀ ਰਜ਼ਾ ਨਹੀਂ ਕਬੂਲ ਤਾਂ ਦੂਜੀ ਕਿੱਦਾਂ ਕਰ ਲਓਗੇ? ਹਰ ਹਰ ਜਪਨ ਜਪਾਵੇ ਆਪਣਾ ਹਮ ਮਾਗੀ ਭਗਤ ਇਕਾਕੀ। ਕਹਿੰਦੇ ਹਰ ਹਰ ਜਪਨ, ਹਰ ਹਰ ਦਾ ਨਾਂ ਜਪਣਾ ਜਿਹੜਾ ਉਹੀ ਜਪਾਉਂਦਾ ਹੈਗਾ ਤੁਹਾਨੂੰ, ਅਕਾਲ ਪੁਰਖ ਹੀ ਜਪਾਉਂਦਾ। ਹਰਜਨ ਹਰ ਹਰਜਨ ਨੂੰ ਹਰ ਆਪ ਪਿਓ ਨਾਮ ਪੁੱਤਰ ਨੂੰ ਫਿਰ ਉਹ ਜਪਾਉਂਦਾ ਹੈਗਾ। ਪੁੱਤਰ ਉਹ ਹੁੰਦਾ ਜਿਹੜਾ ਨਿਸ਼ਾਨ ਹੋਵੇ। ਜੇ ਤੁਸੀਂ ਹਰ ਦੇ ਨਿਸ਼ਾਨ ਹੈਗੇ ਆ ਤਾਂ ਤੁਸੀਂ ਪੁੱਤਰ ਹੈਗੇ ਆ, ਲੜਕੀ ਨਹੀਂ ਨਿਸ਼ਾਨ ਹੁੰਦੀ। ਇਸ ਕਰਕੇ ਜਲਦੀ ਜਿਸਮ ਦੀ ਕੋਈ ਔਰਤ ਹੋਵੇ ਉਹ ਵੀ ਹਰ ਜਨੇਗੀ, ਉਹ ਜਿਹੜਾ ਉਹਨਾਂ ਉਹਦਾ ਨਾਮ ਜਪੇ। ਉਹ ਕਹਿੰਦੇ ਵੀ ਆਪੇ ਹੀ ਜਪਾਉਂਦਾ ਕਿ ਉਹ ਪਿਓ ਹੈਗਾ, ਤੁਸੀਂ ਅਸੀਂ ਪੁੱਤਰ ਹੈਗੇ ਹਾਂ, ਅਸੀਂ ਉਹਦੇ ਹੈਗੇ, ਅਸੀਂ ਹੋਰ ਮਾਇਆ ਦੇ ਮਗਰ ਨਹੀਂ ਲੱਗੇ, ਹੋਰ ਕਿਸੇ ਦੇ ਮਗਰ ਸੀ, ਏਕੇ ਦੇ ਮਗਰ ਲੱਗੇ ਹੋਏ। ਅਤੇ ਜਦੋਂ ਏਕੇ ਦੇ ਮਗਰ ਲੱਗੀਏ ਤਾਂ ਫਿਰ ਉਹਦੇ ਪੁੱਤਰ ਹੋਏ, ਅਤੇ ਆਪ ਹੀ ਉਹ ਤੁਹਾਡੀ ਤੁਹਾਨੂੰ ਜਪਾਊਗਾ ਨਾ। ਆਪਣਾ ਹਮ ਮਾਘੀ ਭਗਤ ਇਕਾਕੀ, ਇਕਾਕੀ ਇੱਕੋ ਹੀ ਮਾਘੀ ਹੈਗਾ, ਅਸਾਂ ਮੰਗੀ ਹੈ। ਅੱਛਾ, ਮਾਘੀ ਹੈਗਾ ਵੀ ਮੰਗਿਆ ਇਸ ਵੀ ਇੱਕੋ ਨਾਲ ਹੀ ਅਸੀਂ ਕਰਨਾ ਹੈਗਾ, ਇਕਾਕੀ ਇੱਕੋ ਇੱਕੋ ਹੀ ਰਹਾਓ। ਹਰ ਕੇ ਸੇਵਕ ਸਹਿ ਹਰ ਪਿਆਰੇ, ਜਿਨ ਜਪਿਓ ਹਰ ਬਚਨਾਕੀ। ਹਰ ਕੇ ਸੇਵਕ ਜਿਹੜੇ ਹਰ ਦੇ ਸੇਵਕ ਹੈਗੇ ਨੇ, ਜਿਹੜੇ ਉਹਦੇ ਕਾਮੇ ਹੈਗੇ ਨੇ, ਜਿਹੜੇ ਉਹਦੇ ਸਿੱਖ ਹੈਗੇ ਨੇ, ਯਾਨੀ ਕਿ ਜਿਹੜੇ ਉਹਦੇ ਸੱਚ ਕਾਮੇ ਵਰਕਰਸ ਹੈਗੇ ਨੇ, ਸਹਿ ਹਰ ਪਿਆਰੇ। ਹਰ ਕੇ ਸੇਵਕ ਸਹਿ ਹਰ ਪਿਆਰੇ, ਉਹਨੂੰ ਹਰ ਉਹਨੂੰ ਪਿਓ ਨੂੰ ਪਿਆਰੇ ਲੱਗਦੇ ਨੇ ਜਦੋਂ ਉਹਦਾ ਉਹ ਕਰਦੇ ਨੇ। ਕਿਉਂ? ਹਰਜਨ ਹੈਗਾ ਆਪਾਂ, ਸਾਡਾ ਪਿਓ ਹੈਗਾ, ਉਹ ਤੁਹਾਨੂੰ ਉਹ ਹੀ ਸਾਨੂੰ ਦੱਸਦਾ ਵੀ ਆਹ ਕਰੋ, ਇੱਦਾਂ ਕਰੋ, ਅਤੇ ਉਹਨੂੰ ਫਿਰ ਉਹ ਫਿਰ ਪਿਆਰੇ ਹੈਗੇ ਤਦੇ ਹੀ ਦੱਸਦਾ ਨਾ। ਹਰ ਕੇ ਸੇਵਕ ਸਹਿ ਹਰ ਪਿਆਰੇ, ਜਿਨ ਜਪਿਓ ਹਰ ਬਚਨਾਕੀ। ਜਿਨ੍ਹਾਂ ਨੇ ਹਰ ਬਚਨਾਕੀ ਹੈਗਾ ਬਚਨਾਂ ਦੀ ਰਾਹੀਂ, ਯਾਨੀ ਕਿ ਜਿਹੜੇ ਹੈਗੇ ਨਾ ਬਚਨ ਹੈਗੇ ਨੇ, ਬਚਨ ਜਿਹੜੇ ਉਹ ਹੈਗੇ ਨੇ ਆਪਣੇ ਅਕਾਲ ਪੁਰਖ ਦੇ ਬਚਨ ਹੈਗੇ ਨੇ, ਯਾਨੀ ਕਿ ਹਿਜ਼ ਵਰਡ ਤੁਹਾਨੂੰ ਲੋਜੀਕਲ ਰੀਜ਼ਨਿੰਗ ਨਾਲ ਮਿਲਦੇ ਨੇ।
ਲੌਜੀਕਲ ਰੀਜ਼ਨਿੰਗ ਦਾ ਤੱਤ ਮੂਲ ਹੈਗਾ ਲੋਗੋ, ਲੋਗੋ ਹੈਗਾ ਹਿਜ ਵਰਡ, ਉਹਦੇ ਨਾਲ ਤੁਸੀਂ ਬਚਦੇ ਹੈਗੇ, ਉਹਦੇ ਉਹ ਤੁਹਾਨੂੰ ਬਚਾਉਂਦਾ ਹੈਗਾ, ਉਹਦੇ ਨਾਲ ਤੁਹਾਨੂੰ ਤਸੱਲੀ ਹੋ ਜਾਂਦੀ ਵੀ ਕੋਈ ਉਹਦੇ 'ਚ ਕਸਰ ਨਹੀਂ ਹੈਗੀ। ਬਚਨਾ ਕੀ ਲੇਖਾ ਚਿੱਤਰ ਗੁਪਤ ਜੋ ਲਿਖਿਆ ਸਭ ਛੂਟੀ ਜਮਕੀ ਬਾਕੀ। ਇਹਦੇ ਹੁੰਦਾ ਜਿੱਦਾਂ ਦਾ ਅਕਾਲ ਪੁਰਖ ਹੈਗਾ ਟਰਨਰ, ਉੱਦਾਂ ਦਾ ਹੀ ਪੁੱਤਰ ਹੁੰਦਾ ਹੈਗਾ, ਅਤੇ ਬਾਕੀ ਆ ਜੇ ਤੁਸੀਂ ਉਹਦੇ ਨਹੀਂ ਪੁੱਤਰ ਬਣਦੇ ਤਾਂ ਹਿੰਦੂ ਰਹਿੰਦੇ ਆ, ਯਾਨੀ ਕਿ ਆਪਣੇ ਜਿਸਮ ਦੇ ਪਿਓ ਦੇ ਹੀ ਰਹਿੰਦੇ ਆ ਹੋਮੇ 'ਚ। ਜਦੋਂ ਜਿਸਮ ਦੇ ਪਿਓ ਹੋਮੇ 'ਚ ਰਹੇ, ਹੋਮੇ ਵਾਲਾ ਜਿਹੜਾ ਜਿਸਮ ਦਾ ਪਿਓ ਹੈਗਾ ਉਹ ਜੰਮਦਾ ਉਹ ਮਰਦਾ ਹੈਗਾ, ਇੱਦਾਂ ਹੀ ਤੁਸੀਂ ਫਿਰ 84 ਦੀ ਜੂਨ 'ਚ ਪੈ ਜਾਂਦੇ ਆ। ਜਦੋਂ ਤੁਸੀਂ ਜਿਸਮ ਦੇ ਪਿਓ ਨੂੰ ਤੂੰ ਉੱਪਰ ਟੱਪ ਗਿਆ, ਜਿਸਮ ਦਾ ਪਿਓ ਹੈਗਾ ਨੈਚੁਰਲ ਫਾਦਰ, ਇਹ ਹੈਗਾ ਸੁਪਰ ਨੈਚੁਰਲ ਫਾਦਰ। ਜਦੋਂ ਸੁਪਰ ਨੈਚੁਰਲ ਫਾਦਰ ਹਰਦੇ ਬਣ ਗਏ ਨਾ, ਜਿੱਦਾਂ ਦਾ ਉਹ ਉਦਾਂ ਦਾ ਪੁੱਤਰ, ਉਹ ਵੀ ਕਿਸੇ ਨੇ ਪੈਦਾ ਨਹੀਂ ਕੀਤਾ ਕਿਸੇ ਨੇ, ਇੱਦਾਂ ਹੀ ਅਟਰਨਲ ਪੁੱਤਰ ਵੀ ਬਣ ਜਾਂਦਾ ਹੈਗਾ, ਯਾਨੀ ਕਿ ਉਹਦੀ ਰੀਜਰੈਕਸ਼ਨ ਜਾਂ ਮੁਕਤੀ ਹੋ ਜਾਂਦੀ, ਉਹ ਛੁੱਟ ਜਾਂਦਾ ਹੈਗਾ ਇਸ ਜਨਮ ਮਰਨ ਵਿੱਚੋਂ। ਅਤੇ ਜਿਹੜੇ ਚਿੱਤਰ ਗੁਪਤ ਹੈਗੇ ਨੇ, ਜਿਹੜਾ ਕਰਮਾਂ ਦਾ ਲੇਖਾ ਹੁੰਦਾ ਨਾ ਮੰਗਦੇ, ਉਹ ਕਰਮ ਤਾਂ ਹੁੰਦੇ ਨਹੀਂ, ਇਹਦੇ ਤਾਂ ਨਦਰ ਨਾਲ ਹੈਗਾ, ਅਤੇ ਇਸ ਕਰਕੇ ਕਰਮਾਂ ਤੋਂ ਛੁੱਟ ਕੇ ਅਸੀਂ ਨਦਰ 'ਚ ਆ ਜਾਂਦੇ, ਉਹਦੀ ਅਕਾਲ ਪੁਰਖ ਦੀ ਨਦਰ ਸਾਡੀ 'ਤੇ ਰਹੇ ਅਤੇ ਅਸੀਂ ਸਿੱਧੇ ਤੁਰੇ ਫਿਰ ਤੁਰਦੇ ਰਹਿੰਦੇ ਹਾਂ। ਲੇਖਾ ਚਿੱਤਰ ਗੁਪਤ ਜੋ ਲਿਖਿਆ ਸਭ ਛੂਟੀ ਜਮਕੀ ਬਾਕੀ। ਜਮ ਜਮ ਜਿਹੜਾ ਕਿ ਪਿਛਲੇ ਪਾਪਾ ਪੂਪਾ ਦਾ ਲੇਖਾ ਹੈਗਾ ਨਾ, ਹੁਕਮ ਡਿਜ਼ਾਇਨ ਚੱਲਣਾ ਨਾਨਕ ਲਿਖਿਆ ਨਾਲ, ਉਹ ਜਿਹੜਾ ਨਾਲ ਲਿਖਿਆ ਨਾ ਉਹ ਛੁੱਟ ਛੁੱਟ ਜਾਂਦਾ ਹੈਗਾ। ਹਰ ਕੇ ਸੰਤ ਜਪਿਓ ਮਨ, ਹਰ ਹਰ ਲਗ ਸੰਗਤ ਸਾਧ ਜਨਾ ਕੀ। ਹਰ ਕੇ ਸੰਤ, ਹਰ ਕੇ ਜਿਹੜੇ ਸੰਤ ਹੈਗੇ ਨੇ, ਜਪਿਓ ਮਨ ਹਰ ਹਰ, ਉਹ ਆਪਣੇ ਮਨ 'ਚ ਹਰ ਹਰ ਦਾ ਨਾਂ ਜਪਦੇ ਨੇ। ਹਰ ਲਗ ਸੰਗਤ, ਹਰ ਉਹ ਸੰਗਤ ਦੇ ਨਾਲ ਜਿਹੜੇ ਕਿ ਗੁਰਮੁਖ ਸੰਗਤ ਹੈਗੀ, ਜਿਹੜੇ ਉਹ ਵੀ ਜਪਦੇ ਨੇ, ਤੁਸੀਂ ਵੀ ਜਪੋ। ਕਿ ਕਹਿੰਦੇ ਕਹਿੰਦੇ ਸਾਧ ਜਨਾ ਕੀ, ਸੰਗਤ ਸਾਧ ਸਨ, ਜਿਹੜੇ ਸਾਧ ਹੈਗੇ ਨਾ ਸਾਧੂ, ਜਿਹਨਾਂ ਨੇ ਤਿਆਗਿਆ ਹੁੰਦਾ ਆਪਣੇ ਮੋਹ ਤਿਆਗਿਆ ਹੁੰਦਾ ਦੁਨੀਆਂ ਦਾ, ਉਹ ਕਾਮਲ ਹੁੰਦੇ ਨੇ, ਪੱਕੇ ਹੁੰਦੇ ਨੇ, ਉਹਨਾਂ ਦੀ ਸੰਗਤ 'ਚ ਫਿਰ ਤੁਸੀਂ ਹਰ ਹਰ ਦਾ ਨਾਂ ਜਪੋ ਅਤੇ ਤੁਸੀਂ ਫਿਰ ਤਰ ਜਾਂਦੇ ਹੈ। ਜਨਾ ਕੀ ਫਿਰ ਸਾਧ ਜਨਾ ਕੀ, ਉਹਨਾਂ ਦੀ ਸੰਗਤ ਹੀ ਕਰਨਾ। ਦੁਨੀਆਰ ਸ਼ੁਰੂ ਤ੍ਰਿਸ਼ਨਾ ਅਗਨ ਬੁਝਾਣੀ, ਸ਼ਿਵ ਚਰਿਓ ਚੰਦ ਚੰਦਾਕੀ। ਦੁਨੀਆਰ ਇਹ ਜਿਹੜਾ ਦੁਨੀਆ ਦੀ ਹੈਗੀ ਨਾ, ਆਪਣੇ ਆਪਣੇ ਦੌਲਤ ਦੀ ਤ੍ਰਿਸ਼ਨਾ ਇਹ ਵੀ ਬੁੱਝ ਜਾਂਦੀ ਹੈਗੀ, ਯਾਨੀ ਕਿ ਮਾਇਆ ਦੀ। ਅਤੇ ਤੁਸੀਂ ਜਿਹੜਾ ਸੰਤੋਖ ਜਦੋਂ ਤੁਹਾਡੇ ਕੋਲ ਆ ਜਾਏ, ਉਦੋਂ ਤੁਸੀਂ ਸ਼ਹਿਨਸ਼ਾਹ ਬਣ ਜਾਂਦੇ ਹੈ। ਅਤੇ ਕਿਉਂ ਤੁਹਾਨੂੰ ਸੰਤੋਖ ਆ ਗਿਆ ਹੈਗਾ, ਜਿਹਨੂੰ ਜਿਹੜੇ ਰਾਜੇ ਹੁੰਦੇ ਨੇ ਉਹਨਾਂ ਨੂੰ ਸੰਤੋਖ ਨਹੀਂ ਆਉਂਦਾ, ਉਹ ਕਹਿੰਦੇ ਅੱਜ ਆਹ ਰਾਜਧਾਨੀ ਹੈਗੀ, ਕੱਲ੍ਹ ਨੂੰ ਅਸੀਂ ਉਹ ਵੀ ਜਿੱਤ ਲੈਣੀ ਹੈਗੀ। ਉਹਨਾਂ ਨੂੰ ਹਮੇਸ਼ਾ ਜਿੱਤਣ ਦਾ ਰਹਿੰਦਾ ਵੀ ਫਲਾਨੇ ਨੂੰ ਰਾਜੇ ਨੂੰ ਵੀ ਮਾਰ ਲਈਏ, ਫਲਾਨੇ ਨੂੰ ਵੀ ਮਾਰ ਲਈਏ। ਉਹਨਾਂ ਦਾ ਮਾਰਨ ਹੈਗਾ ਆਪਣਾ ਹੈਗਾ, ਜਵਾਉਣਾ ਲੋਕਾਂ ਨੂੰ, ਆਪ ਜੀ ਇਹਨਾਂ ਅਤੇ ਦੂਜਿਆਂ ਨੂੰ ਜਵਾਉਣਾ।
ਤੇ ਕਹਿੰਦੇ ਬੇਟੀ ਉਹ ਅੱਗ ਹੈਗੀ ਨਾ ਜਿਹੜੀ ਤ੍ਰਿਸ਼ਨਾ ਦੀ, ਉਹ ਫਿਰ ਬੁਝ ਬੱਝ ਜਾਂਦੀ ਹੈਗੀ, ਤੇ ਜਿੱਦਾਂ ਚੰਦ ਦੀ ਰੋਸ਼ਨੀ ਤੁਹਾਨੂੰ ਦਿੰਦੀ ਨਾ ਠੰਡਕ, ਦਿਨੇ ਸੂਰਜ ਤਪਦਾ ਨਾ ਉਦੋਂ ਲੋਕ ਤਰਸਦੇ ਨੇ, ਫਿਰਦੇ ਨੇ ਵੀ ਕਿੱਥੇ ਲੁਕੀਏ, ਤੇ ਇੰਨੀ ਲੋ ਪੈਂਦੀ ਆ ਪੈਂਦੀ, ਜਦੋਂ ਰਾਤ ਪੈਂਦੀ ਚੰਦ ਦੀ ਚਾਨਣੀ ਹੁੰਦੀ ਤੇ ਠੰਡੀ ਹਵਾ ਚੱਲਦੀ ਨਾ, ਫਿਰ ਆਦਮੀ ਕਹਿੰਦਾ ਹਾਂ ਆਹ ਚੰਗਾ ਹੈਗਾ। ਫਿਰ ਹੈਗਾ ਉਹ ਸ਼ਿਵ ਚਰਿਓ ਚੰਦ ਚੰਦਾਕੀ, ਫਿਰ ਤੁਸੀਂ ਉਹ ਚੰਦ ਦੀ ਰੋਸ਼ਨੀ 'ਚ ਤੁਸੀਂ ਹੈਗੇ। ਚੰਦ ਦੀ ਰੋਸ਼ਨੀ ਜਿਹੜੀ ਹੈਗੀ ਇਹ ਹੈਗੀ ਮੋਰਲ ਲਾਅ ਵੇਦਾਂ 'ਚ ਜਿਹੜਾ ਹੈਗਾ, ਇਹ ਚੰਦ ਦੀ ਰੋਸ਼ਨੀ ਹੈਗੀ। ਚੰਦ ਜਿਹੜਾ ਹੈਗਾ ਇਹ ਸੂਰਜ ਦੀ ਰਿਫਲੈਕਸ਼ਨ ਦਿੰਦਾ ਨਾ, ਇਸੇ ਕਰਕੇ ਜਿਹੜੀ ਜਿਹੜੀ ਚੀਜ਼ ਆਪਣੇ ਅਕਾਲ ਪੁਰਖ ਦੇ 'ਚ ਹੈਗੀ ਨਾ, ਉਹੀ ਰਿਫਲੈਕਸ਼ਨ ਇੱਥੇ ਦੁਨੀਆਂ 'ਚ ਹੈਗੀ। ਯਾਨੀ ਕਿ ਜਿੱਦਾਂ ਦਾ ਉੱਥੇ ਫੈਮਿਲੀ ਹੈਗੀ ਅਕਾਲ ਪੁਰਖ ਦੀ, ਉਹਦੇ 'ਚ ਹੈਗਾ ਪਿਓ ਹੈਗਾ ਅਕਾਲ ਪੁਰਖ, ਮਾਂ ਹੈਗੀ ਸਾਡੀ ਹੋਲੀ ਸਪਿਰਿਟ ਮਹਾਦੇਵਨ, ਅਤੇ ਅਸੀਂ ਹੈਗੇ ਉਹਦੇ ਪੁੱਤਰ। ਸ਼ਕਦੀ ਅਸੀਂ ਹੋਵੇ ਜਿਸਮ ਦੇ ਹੋਵੇ, ਆਦਮੀ ਹੋਵੇ ਜਾਂ ਔਰਤ ਹੋਵੇ, ਕਿਉਂ ਇਹਦੇ 'ਚ ਰੂਹ ਦਾ ਤੁਲਕ ਹੈਗਾ। ਰੂਹ ਦਾ ਕੋਈ ਨਹੀਂ ਹੁੰਦਾ ਕਾਲਾ ਰੰਗ ਹੁੰਦਾ ਨਾ ਪੀਲਾ ਰੰਗ ਹੁੰਦਾ, ਕੁਛ ਨਹੀਂ ਹੁੰਦਾ, ਇਸ ਕਰਕੇ ਰੂਹਾਂ ਦਾ ਮੇਲਾ ਹੁੰਦਾ ਇਹਦੇ 'ਚ ਹਾਰੇ 'ਚ। ਅਤੇ ਉਹ ਕਹਿੰਦੇ ਵੀ ਉਹ ਜਿਹੜਾ ਚੰਦ ਦੀ ਚਾਂਦਨੀ ਜਿਹੜੀ ਨਾ, ਯਾਨੀ ਕਿ ਸ਼ਿਵ ਜਿਹੜਾ ਹੈਗਾ ਇਹ ਜਿਹੜਾ ਹੈਗਾ ਚੰਦ ਦੀ ਚਾਂਦਨੀ ਸ਼ਿਵ ਦੀ ਹੈਗੀ। ਬ੍ਰਾਹਮਣ ਜਿਹੜਾ ਹੈਗਾ ਇਹ ਸ਼ਿਵ ਦਾ ਪੁਜਾਰੀ ਹੈਗਾ, ਅਤੇ ਜਿਹੜਾ ਹੋਵੇ ਆਪਾਂ ਹੋ ਜਾਂਦੇ ਹਾਂ ਸੂਰਜ ਦੇ, ਸੂਰਜ ਹੁੰਦਾ ਪ੍ਰਾਇਮਰੀ ਸੋਰਸ ਆਫ ਲਾਈਟ, ਅਤੇ ਜਿਹੜਾ ਭਗਤ ਹੁੰਦਾ ਨਾ ਸੰਤ ਉਹ ਸੂਰਜ ਦਾ ਨਿਆਈ ਹੁੰਦਾ ਹੈਗਾ। ਅਤੇ ਇਸੇ ਲਈ ਜੀਜ਼ ਨੇ ਕਿਹਾ ਲੀਸਟ ਇਨ ਦੀ ਰੋਇਲ ਕਿੰਗਡਮ ਆਫ ਗੋਡ ਇਜ਼ ਗ੍ਰੇਟਰ ਦੈਨ ਜੌਨ ਦੀ ਬਾਪਟਿਸਟ। ਜੌਨ ਦੀ ਬਾਪਟਿਸਟ ਚੰਦ ਸੀਗਾ, ਵਿਟਨੈਸ ਟੂ ਦੀ ਲਾਈਟ ਬਟ ਨਾਟ ਦੀ ਲਾਈਟ। ਤੁਮ ਵੱਡ ਪੁਰਖ ਵੱਡ ਅਗਮ ਅਗੋਚਰ, ਤੁਮ ਆਪੇ 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 ਆਪ ਅਪਾਕੀ। ਕਹਿੰਦੇ ਵੀ ਤੁਸੀਂ ਬਹੁਤ ਵੱਡਾ ਹੈਗਾ ਅਤੇ ਪੁਰਖ ਹੈਗਾ। ਵੱਡ ਅਗਮ ਅਗੋਚਰ ਜਿਹੜੇ ਕਿ ਗਿਆਤ ਇੰਦਰੀਆਂ ਨਾਲ ਨਹੀਂ ਉਹ ਸਮਝਿਆ ਜਾ ਸਕਦਾ, ਯਾਨੀ ਜਿਹੜੇ ਹੈਗੇ ਨਾ ਗਿਆਤ ਇੰਦਰੀਏ ਜਿਹੜੇ ਹੈਗੇ ਨੇ, ਇਹ ਤੁਹਾਨੂੰ ਮਟੀਰੀਅਲ ਚੀਜ਼ਾਂ ਦੀ ਵਾਕਫੀਅਤ ਕਰਾਉਣਗੇ, ਉਹਦੇ ਤੁਸੀਂ ਦੱਸ ਸਕਦੇ ਹਾਂ ਵੀ ਆਹ ਕਿੱਦਾਂ ਹੋਇਆ। ਆਹ ਜਿਹੜਾ ਲਾਅ ਜਿਹੜਾ ਨਾ ਮਟੀਰੀਅਲ ਥਿੰਗ ਜਿਹੜੀ ਹੈਗੀ ਉਹ ਓਬੇ ਕਰਦੀ ਹੈਗੀ, ਸਪਿਰਚੁਅਲ 'ਤੇ ਨਹੀਂ ਲੱਗਦਾ। ਸਪਿਰਚੁਅਲ 'ਤੇ ਜਦੋਂ ਪੈਂਟੇਕੋਸਟ 'ਤੇ ਉਹਨਾਂ ਜਿਹੜੇ ਲੇਬਰਰ ਸੀ ਨਾ ਜੀਜ਼ਸ ਦੇ, ਉਹਨਾਂ ਨੂੰ ਜਦੋਂ ਉਹਨਾਂ ਨੂੰ ਰਿਵਾਰਡ ਦਿੱਤਾ ਪਿਓ ਨੇ ਹੋਲੀ ਸਪਿਰਿਟ, ਅਤੇ ਉਦੋਂ ਉਹਨੇ ਸਾਰਿਆਂ ਨੇ ਬਾਰ੍ਹਾਂ ਦੇ ਬਾਰ੍ਹਾਂ ਨੇ ਨਾ ਪ੍ਰਚਾਰ ਕਰਨਾ ਸ਼ੁਰੂ ਕਰ ਦਿੱਤਾ ਇੱਕਦਮ। ਜਦੋਂ ਕੀਤਾ ਹਰ ਇੱਕ ਆਦਮੀ ਨੂੰ ਆਪਣੀ ਬੋਲੀ 'ਚ ਉਹ ਸੁਣਦਾ ਸੀਗਾ। ਇਹ ਚੀਜ਼ ਜਿਹੜੀ ਹੈਗੀ ਵੀ ਕਿਵੇਂ ਸੁਣਦਾ ਸੀ, ਇਹਨੂੰ ਕਹਿੰਦਾ ਸੁਪਰ ਨੈਚੁਰਲ, ਯਾਨੀ ਕਿ ਨੇਚਰ ਤੋਂ ਉੱਪਰ ਹੈਗੀ ਇਹਦੀ ਜਿਹੜੀ ਅਕਾਲ ਪੁਰਖ ਦਾ ਜਿਹੜਾ ਹੈਗਾ ਨਾ ਘਰ, ਇਹ ਨੇਚਰ ਤੋਂ ਉੱਪਰ ਹੈਗਾ। ਅਗਮ ਅਗੋਚਰ ਨੇਚਰ ਨਹੀਂ, ਨੇਚਰ ਨਾਲ ਨਹੀਂ ਸਟੱਡੀ ਕਰ ਸਕਦੇ ਇਹਨੂੰ ਤੁਸੀਂ, ਇਹਦਾ ਸੁਰਤੀ ਨਾਲ ਹੁੰਦਾ ਹੈਗਾ। ਅਗਮ ਅਗੋਚਰ ਤੁਮ ਆਪੇ ਆਪ
ਅਪਾਕੀ ਅਪਾਕੀ ਦਾ ਕੀ ਹੋ ਗਿਆ? ਅਪਾਕੀ ਅਪਾਕੀ ਆਪ ਹੀ, ਇਕੱਲਾ ਆਪ ਹੀ ਅਪਾਕੀ, ਆਪ ਹੀ ਤੂੰ ਆਪੇ ਆਪ, ਤੂੰ ਆਪ ਹੀ ਹੈਗਾ, ਤੇਰਾ ਕੋਈ ਮਾਈ ਬਾਪ ਨਹੀਂ ਹੈਗਾ, ਤੂੰ ਕੁਛ ਨਹੀਂ, ਤੂੰ ਆਪਣੇ ਆਪ ਹੀ ਹੈਗਾ, ਨਾ ਤੈਨੂੰ ਕੋਈ ਪੈਦਾ ਕੀਤਾ, ਕੁਛ ਹੋਰ ਨਹੀਂ, ਤੂੰ ਆਪ ਹੀ ਹੈਗਾ ਅਟਰਨ। ਜਨ ਨਾਨਕ ਕੋ ਪ੍ਰਭ ਕਿਰਪਾ ਕੀਜੇ, ਕਹਿੰਦੇ ਜਨ ਨਾਨਕ, ਜਨ ਯਾਨੀ ਕਿ ਪੁੱਤਰ ਨਾਨਕ ਨੂੰ ਕੋ ਪ੍ਰਭ ਕਿਰਪਾ, ਪ੍ਰਭ ਨੇ ਕਿਰਪਾ ਕੀਤੀ, ਕੀਜੇ ਕਰ ਦਾਸਨ ਦਾਸ ਦਸਾਕੀ। ਅੱਛਾ, ਦਾਸਨ ਦਾਸ ਦਸਾਕੀ, ਅਪਾਕੀ ਕਰ। ਫਿਰ ਜਿਹੜਾ ਨਾ ਦਾਸ ਇਸੇ ਹੈ, ਜਿਹੜਾ ਸਤਿਗੁਰੂ ਰਾਮਦਾਸ ਜੀ ਦਾ ਨਾਂ ਹੈਗਾ ਨਾ, ਰਾਮ ਜਿਹੜਾ ਅੰਦਰ ਰਮ ਰਿਹਾ ਹੈਗਾ, ਤੇ ਦਾਸ ਦਾ ਮਤਲਬ ਉਹਦਾ ਨੌਕਰ, ਤੇ ਇਸ ਕਰਕੇ ਜਿਹੜਾ ਪ੍ਰਭੂ ਅੰਦਰ ਹੈਗਾ ਨਾ, ਉਹਦੇ ਅਸੀਂ ਦਾਸ ਹੈਗੇ ਹਾਂ, ਯਾਨੀ ਉਹਦੇ ਅਸੀਂ ਨੌਕਰ ਹੈਗੇ, ਚਾਕਰੀ ਕਰਦੇ ਹਾਂ ਉਹਦੀ। ਤੇ ਇਹ ਹੈਗਾ ਜਨ ਨਾਨਕ ਕੋ ਪ੍ਰਭ ਕਿਰਪਾ ਕੀਜੇ, ਜਦੋਂ ਕਿਰਪਾ ਕੀਤੀ, ਕਰ ਦਸ ਦਾਸਨ ਦਾਸ ਦਸਾਕੀ, ਤਾਂ ਸੇ ਨੀਚਿਆਂ ਤੋਂ ਨੀਚੇ ਬਣ ਗਏ, ਯਾਨੀ ਕਿ ਲੋਕਾਂ ਦੀ ਸੇਵਾ ਕੀਤੀ, ਯਾਨੀ ਕਿ ਸਾਡੇ 'ਚ ਹੋਮੇ ਜਾਂਦੀ ਰਹੀ, ਹੋਮੇ ਜਾ ਕੇ ਤੇ ਫਿਰ ਸਾਰਿਆਂ ਨਾਲ ਨੀਚੇ ਹੋ ਗਏ। ਤਦੇ ਹਰਿਮੰਦਰ ਸਾਹਿਬ ਜਿਹੜਾ ਹੈਗਾ, ਨੀਚੀ ਜਗ੍ਹਾ ਬਣਿਆ ਹੋਇਆ ਹੈਗਾ, ਉੱਚੀ ਜਗ੍ਹਾ ਨਹੀਂ। ਇਹ ਹੈਗੀ ਇਹਦੀ ਵਿਆਖਿਆ।